ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਮੇਰਾ ਨਾਮ ਹੈਗਾ ਇਸ਼ਾਨ ਜੌਲੀ। ਵੈਲਕਮ ਬੈਕ ਟੂ ਅਨਦਰ ਵੀਡੀਓ। ਟੈਂਪਰੇਚਰ ਪਹਿਲਾਂ ਦੱਸ ਦੇ, ਟੈਂਪਰੇਚਰ ਹੈਗਾ ਇਸ ਸਮੇਂ -21 ਡਿਗਰੀ ਸੈਲਸੀਅਸ ਅਤੇ ਬਹੁਤ ਠੰਡ ਅੱਜ। ਅਤੇ ਕੁਛ ਕੁ ਲਾਈਨਾਂ ਲਿਖੀਆਂ ਸੀਗੀਆਂ, ਸੋਚਿਆ ਨਾ ਤੁਹਾਡੇ ਨਾਲ ਸ਼ੇਅਰ ਕਰਾਂ। ਇਹ ਕਿਹੜੀਆਂ ਲਾਈਨਾਂ ਵਾ ਮੇਰੇ ਸਫ਼ਰ ਨੂੰ ਦਰਸਾਉਂਦੀਆਂ ਵਾ ਕੈਨੇਡਾ ਤੱਕ ਦੇ ਦੀਆਂ, ਤਾਂ ਉਮੀਦ ਕਰਦਾ ਕਿ ਤੁਹਾਨੂੰ ਹੈ ਨਾ ਵਧੀਆ ਲੱਗਣਗੀਆਂ। ਤਾਂ ਲਾਈਨਾਂ ਕੁਛ ਐਵੇਂ ਆ। ਨਵਾਂ ਨਵਾਂ 12ਵੀਂ ਵਿੱਚ ਪੈਰ ਧਰਿਆ ਸੀ, ਲੁਧਿਆਣੇ ਜਾ ਕੇ ਕਰਨੀਆਂ ਆਈਲਟਸ, ਬਾਪੂ ਜੀ ਨੇ ਆਰਡਰ ਕਰਿਆ ਸੀ। ਲੈ ਲਈ ਸੀ ਐਡਮਿਸ਼ਨ, ਮੈਂ ਵੀ ਪੂਰੀ ਦੱਬ ਕੇ ਮਿਹਨਤ ਲਾਉਂਦਾ ਸੀ। ਦਿਲ ਅੰਦਰੋਂ ਹੀ ਅੰਦਰ ਹੀ ਖੁਸ਼ ਹੋ ਜਾਂਦਾ ਜਦ ਸੁਪਨਾ ਕਨੇਡਾ ਦਾ ਆਉਂਦਾ ਸੀ। ਮਿਹਨਤ ਦਾ ਮੁੱਲ ਮੁੜਿਆ ਅਤੇ ਉਦੋਂ ਅੱਧਾ ਕੁ ਕਨੇਡਾ ਹੱਥ ਵਿੱਚ ਆ ਗਿਆ ਸੀ ਜਦ 6 ਬੈਂਡ ਵਾਲਾ ਮੇਰਾ ਆਈਲਟਸ ਦਾ ਨਤੀਜਾ ਆ ਗਿਆ ਸੀ। ਕਿਸਮਤ ਖੁੱਲ੍ਹ ਗਈ ਸੀ ਮੇਰੀ ਮਿੱਤਰੋ ਜਦ ਵੀਜ਼ਾ ਲੱਗ ਪਾਸਪੋਰਟ ਘਰ ਆ ਗਿਆ ਸੀ। ਵਿਨੀਪੈਗ ਵਿੱਚ ਹੋਈ ਐਂਟਰੀ, ਸਭ ਸੋਹਣਾ ਸੋਹਣਾ ਲੱਗਦਾ ਸੀ। ਸਵਰਗਾਨ ਦੇ ਵਿੱਚ ਭੇਜਤਾ ਬਾਪੂ, ਨਾ ਸਿਫਤਾਂ ਕਰਦਾ ਥੱਕਦਾ ਸੀ। ਫਿਰ ਮਿਹਨਤ ਕੀਤੀ, ਧੱਕੇ ਖਾਧੇ ਆਪਣੀ ਜ਼ਿੰਦਗੀ ਬਣਾਉਣ ਲਈ, ਮਾਂ ਬਾਪ ਨੇ ਸੁਪਨਿਆਂ ਨੂੰ ਇੱਕ ਖਾਸ ਮੁਕਾਮ ਤੱਕ ਪਹੁੰਚਾਉਣ ਲਈ। ਨਾ ਸਫ਼ਰ ਮੁੱਕਿਆ ਨਾ ਮੈਂ ਥੱਕਿਆ, ਕਿਉਂਕਿ ਮੰਜ਼ਿਲ ਪਾਉਣੀ ਸੀ। ਹੁਣ ਮੈਂ ਆਪਣੀ ਜ਼ਿੰਦਗੀ ਯਾਰੋ ਯੂਟਿਊਬ ਦੇ ਜ਼ਰੀਏ ਦਿਖਾਉਣੀ ਸੀ। ਆਪਣੇ ਇਹ ਤਜਰਬੇ ਤੁਹਾਡੇ ਨਾਲ ਸਾਂਝੇ ਕਰਾਂ, ਤਾਂ ਹੀ ਸਾਂਝ ਬਣਾਉਂਦਾ ਹਾਂ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਕਰਕੇ ਚੈਨਲ 'ਤੇ ਵੀਡੀਓ ਪਾਉਂਦਾ ਹਾਂ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਕਰਕੇ ਚੈਨਲ 'ਤੇ ਵੀਡੀਓ ਪਾਉਂਦਾ ਹਾਂ। ਉਮੀਦ ਕਰਦਾ ਕਿ ਤੁਹਾਨੂੰ ਨਾ ਕੁਛ ਕੁ ਲਾਈਨਾਂ ਵਧੀਆ ਲੱਗੀਆਂ ਹੋਣ। ਐਂਡ ਛੋਟੀ ਵੀਡੀਓ ਆ, ਲੇਕਿਨ ਕੁਛ ਨਾ ਤੋਂ ਤਾਂ ਕੁਛ ਹੋਣਾ ਵਧੀਆ ਵਾ। ਅੱਗੇ ਆਉਣ ਵਾਲੇ ਟਾਈਮ ਵਿੱਚ ਆਪਾਂ ਹੋਰ ਵੱਡੀਆਂ ਵੀਡੀਓਸ ਅਗਣੀਆਂ ਅਪਲੋਡ ਕਰਾਂਗੇ। ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ 'ਤੇ। ਟਿਲ ਦੈਨ ਸੀ ਯਾ।